ਸੈਲਫ ਮੇਡ ਗਾਣਾ ਕਿਹਨੂੰ ਕਿਹਨੂੰ ਘੈਂਟ ਲੱਗਿਆ ਦੱਸੋ। ਆਓ ਮਿਡਲ ਕਲਾਸ ਫੈਮਿਲੀ ਚ ਉੱਠਿਆ ਸਿਲਵਰਸ ਪੂਣਾ, ਉਹ 23 ਸਾਲਾਂ ਦੀ ਇਹ ਜ਼ਿੰਦਗੀ ਕੱਢ ਦਿੱਤੀ ਕੋਹੀ ਜਨੂਨਾ, ਉਹ ਮਹੀਨੇ ਵਿੱਚ ਗੀਤ ਕੱਢ ਬਣਿਆ ਸਟਾਰ ਕਹਿਤਾ ਜਣੇ ਖਣਿਆ। ਅੱਧਾ ਸੁਰ ਹੋਰ ਉੱਚਾ ਚੱਕੋ। ਆਓ ਮਿਡਲ ਕਲਾਸ ਫੈਮਿਲੀ ਚੋਂ ਉੱਠਿਆ ਸਿਲਵਰ ਸਪੂਨਾ, ਉਹ 23 ਸਾਲਾਂ ਦੀ ਇਹ ਜ਼ਿੰਦਗੀ ਕੱਢ ਦਿੱਤੀ ਕੋਹੀ ਜਨੂਨਾ, ਉਹ ਮਹੀਨੇ ਵਿੱਚ ਗੀਤ ਕੱਢ ਬਣਿਆ ਸਟਾਰ ਕਹਿਦਾ ਜਣੇ ਖਣਿਆ। ਉਹ ਚਾਚੇ ਮਾਮਿਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ ਆਪ, ਇਹ ਗਾਣਾ ਹੁੰਦਾ ਉਹਨਾਂ ਨੂੰ ਚੰਗਾ ਲੱਗਿਆ ਹੋਊ ਜਿਹਨੇ ਚਾਚੇ ਮਾਮਿਆਂ ਤੋਂ ਫੋਨ ਨਹੀਂ ਕਰਾਏ ਹੋਣਗੇ ਜੀ, ਮੈਨੂੰ ਆ ਇੱਥੇ ਮੈਨੂੰ ਲਾਈਨ 'ਚ ਲੱਗਿਆ ਖੜਾ, ਸਹੀ ਹੈ ਨਾ। ਜਿਨ੍ਹਾਂ ਦੇ ਖੂਨ ਦੇ ਵਿੱਚ ਸਪੂਨਗਿਰੀ ਨਹੀਂ ਹੋਊਗੀ ਉਹਨੂੰ ਚੰਗਾ ਲੱਗੂ, ਅਤੇ ਜਿਹੜੇ ਜਿਨ੍ਹਾਂ ਨੇ ਕਰਾਏ ਹੋਣ ਉਹ ਕਹਿਣਾ ਚਾਚੇ ਮਾਮਿਆਂ ਨੂੰ ਪੁੱਠਾ ਬੋਲਦਾ, ਅਸੀਂ ਤਾਂ ਹੀ ਬੋਲਾਂਗੇ। ਜਦੋਂ ਕਿਸੇ ਸਾਲੇ ਤੋਂ ਕੁਛ ਲਿਆ ਨਹੀਂ, ਕਿਸੇ ਤੋਂ ਸਾਂ ਨਹੀਂ ਕਰਾਇਆ, ਕਾਹਦੀ ਜੀ ਕਰਨੀ ਆ ਦੱਸੋ, ਮੈਥੋਂ ਤਾਂ ਨਹੀਂ ਹੁੰਦੀ, ਤੁਸੀਂ ਕਰੋਗੇ। ਤਾਂ ਹੀ ਸਾਡੀਆਂ ਗੱਲਾਂ ਮਿਡਲ ਕਲਾਸ ਵਾਲਿਆਂ ਨੂੰ ਚੰਗੀਆਂ ਲੱਗਦੀਆਂ, ਉੱਚਿਆਂ ਨੂੰ ਚੁਭਦੀਆਂ ਨੇ ਵੀ ਸਿੱਧੂ ਤਾਂ ਗਾਲਾਂ ਕੱਢਦੇ ਜੀ, ਗਾਲਾਂ ਅਸੀਂ ਕੱਢਾਂਗੇ ਇਸ ਤਾਂ। ਹੋ ਕਦੇ ਵੀ ਨਹੀਂ ਹੁੰਦੇ ਉਹ ਅਜੀਬ ਰੁਤਬੇ ਦਿਲ ਰੱਖ ਮਿਲਦਾ, ਉਹ ਭੱਜੀ ਫਿਰੇ ਡਰੀ ਫਿਰੇ ਇੰਡਸਟਰੀ ਜੱਟ ਫਿਰੇ ਟਹਿਲਦਾ, ਉਹ ਕਹਿੰਦਿਆਂ ਕਹਾਉਂਦਿਆਂ ਨੇ ਮੂਸੇ ਵਾਲੇ ਦਾ ਅੱਜ ਲੋਹਾ ਮੰਨਿਆ, ਉਹ ਚਾਚੇ ਮਾਮਿਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ। ਉਹ ਕਦੇ ਮਾੜਾ ਟਾਈਮ ਮੇਰੇ ਉੱਤੇ ਦੇਖ ਕੇ ਨਹੀਂ ਸੀ ਹਾਮੀ ਭਰਦੇ, ਹੋ ਚੱਕ ਗੱਡੀਆਂ ਉਹ ਹੁਣ ਕਾਲੀ ਰੇਂਜ ਦਾ ਰਹਿੰਦੇ ਪਿੱਛਾ ਕਰਦੇ, ਉਹ ਸੱਚੇ ਦਿਲੋਂ ਆ ਸਲੂਟ ਉਸ ਰੱਬ ਨੂੰ ਜਿਹਨੇ ਐ ਗਰੂਰ ਭੰਨਿਆ, ਉਹ ਚਾਚੇ ਮਾਮਿਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ। ਉਹ ਮੈਂ ਨਹੀਂ ਉਹ ਲੋਕ ਬਾਰ ਬਾਰ ਆਖਦੇ ਬਾਪੂ ਤੇਰੇ ਪੁੱਤ ਨੂੰ, ਉਹ ਪੜਨਾ ਨੀ ਕੁਛ ਸੀ ਗਵਾਰ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ, ਉਹੀ ਸਿੱਧੂ ਮੂਸੇ ਵਾਲੇ ਨੂੰ ਸਟਾਰ, ਕੋਈ ਉਹ ਨੀ ਵੀ ਮੇਰੇ ਵਰਗਾ ਕੁੜਤਾ ਪਜਾਮਾ ਪਾ ਕੇ ਸਟੇਜ ਤੇ ਖੜ ਗਿਆ, ਵਾਹ ਵਾਹ ਕਰਾਤੀ ਜੀ, ਸਿੱਧੂ ਮੂਸੇ ਵਾਲਾ ਸਟਾਰ ਹੈ ਜਿਹੜਾ ਆਪਦੇ ਮਾਂ ਪਿਓ ਨੂੰ ਦੋ ਟਾਈਮ ਦੀ ਰੋਟੀ ਇੱਜ਼ਤ ਨਾਲ ਦਿੰਦੇ ਨਾ, ਉਹ ਹਰੇਕ ਪੁੱਤ ਸਟਾਰ ਆਪਦੇ ਪਿਓ ਵਾਸਤੇ। ਇੱਥੇ ਪਾ ਕੇ ਕੱਪੜੇ 'ਚ ਇਹਨਾਂ ਜੀਆਂ ਰੇਂਜ 'ਚ ਬਹਿ ਕੇ ਮੈਂ ਕਹੀ ਹਾਂ ਮੈਂ ਸਟਾਰ ਹਾਂ, ਹਰੇਕ ਪੁੱਤ ਹਰੇਕ ਧੀ ਜਿਹੜੇ ਆਪਦੇ ਮਾਂ ਪਿਓ ਦੀਆਂ ਅੰਦਰਾਂ ਸੌਖੀਆਂ ਰੱਖਦੇ ਨੇ ਸਾਰੇ ਸਟਾਰ ਨੇ, ਉਹਨਾਂ ਵਾਸਤੇ ਤਾੜੀ ਮਾਰ ਦਿਓ। ਜੇ ਤੁਹਾਡੇ 'ਚੋਂ ਕੋਈ ਨਹੀਂ ਵੀ ਹੈਗਾ ਤਾਂ ਬਣਨ ਦੀ ਕੋਸ਼ਿਸ਼ ਕਰੋ, ਰੱਬ ਇੱਥੇ ਹੈ, ਸਵਰਗ ਵੀ ਇੱਥੇ ਹੈ, ਨਰਕ ਵੀ ਇੱਥੇ ਹੈ। ਜਿਨ੍ਹਾਂ ਨੇ ਜੰਮਿਆ ਜੀ ਉਹਨਾਂ ਨੂੰ ਠੇਡੇ ਮਾਰਤੇ, ਉਹ ਨਰਕ ਹੈ ਤੁਹਾਡਾ, ਜੇ ਉਹਨਾਂ ਦੀ ਸੇਵਾ ਕਰਨ ਦੀ ਉਹ ਸਵਰਗ ਹੈ ਤੁਹਾਡਾ, ਠੀਕ ਹੈ ਜੀ। ਉਹ ਮੈਂ ਇੰਨਾ ਸਿਆਣਾ ਹੈ ਨਹੀਂ ਪਰ ਮੈਨੂੰ ਕਦੇ ਕਦੇ ਜਿਹੜੀਆਂ ਦਿਲੋਂ ਗੱਲਾਂ ਆਉਂਦੀਆਂ ਕਹਿਣੀਆਂ ਪੈਂਦੀਆਂ, ਠੀਕ ਹੈ ਜੀ। ਸਿੱਧੀ ਗੱਲ ਹੈ, ਜਦੋਂ ਲੋਈ ਲੈ ਗਈ ਆਪਾਂ ਨਾ ਹੈਂਡ ਫਰੀ 1100 ਵਰਗੇ ਹੋ ਜਾਂਦੇ ਹਾਂ, ਸਿੱਧੀਆਂ ਸਿੱਧੀਆਂ ਗੱਲਾਂ, ਠੀਕ ਹੈ ਜੀ। ਕਿਸੇ ਦੇ ਹੱਡ 'ਤੇ ਵੱਜਣ, ਕਿਸੇ ਦੇ ਮੱਥੇ 'ਤੇ ਵੱਜਣ, ਕੋਈ ਡੋਂਗੇ ਵਾ, ਠੀਕ ਹੈ ਜੀ। ਆਓ ਮਿਡਲ ਕਲਾਸ ਫੈਮਿਲੀ ਚੋਂ ਉੱਠਿਆ ਸਿਲਵਰ ਸਪੂਨਾ।
23 ਸਾਲਾਂ ਦੀ ਐ ਜ਼ਿੰਦਗੀ ਕੱਢ ਦਿੱਤੀ ਕੋਈ ਜਨੂਨਾ ਮਹੀਨੇ ਵਿੱਚ ਗੀਤ ਕੱਢ ਬਣਿਆ ਸਟਾਰ ਕਹਿਦਾ ਜਣੇ ਖਣਿਆ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਵੀ ਮੈਂ ਆਪ ਬਣਿਆ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਵੀ ਮੈਂ ਆਪ ਬਣਿਆ ਹੰਕਾਰ ਨਹੀਂ ਹੈਗਾ ਫੋਕਰੀ ਨਹੀਂ ਹੈਗੀ ਇੱਕੋ ਹੀ ਗੱਲ ਕਹਿਣਾ ਜਦੋਂ ਕੋਈ ਚਾਰ ਕੰਮ ਨਾਲੇ ਘਰ ਚੋਂ ਉੱਠ ਕੇ ਮਹਿਲਾ ਵਾਲੇ ਨੂੰ ਅੱਖਾਂ ਕੱਢਦਾ ਨਾ ਉਹਨੂੰ ਮਾਣ ਹੋ ਹੀ ਜਾਂਦਾ ਹੁੰਦਾ ਹੀ ਹੈ ਇਹ ਕੋਈ ਫਕਰੀ ਬਣਦੀ ਨਹੀਂ ਹੈਗੀ ਜਦੋਂ ਤੁਸੀਂ ਕਿਤੇ ਨਾ ਇੱਥੋਂ ਉੱਠ ਕੇ ਜਦੋਂ ਇੱਥੇ ਨੂੰ ਦੇਖੋਗੇ ਨਾ ਤਾਂ ਸੌਂ ਲੱਗੇ ਬੜਾ ਸਵਾਦ ਆਊ ਕਰਕੇ ਦੇਖੋਗੇ ਉਹ ਮਹਿਲਾਂ ਤੱਕ ਦੇਖ ਅੱਜ ਮਾਰ ਕਰਤੀ ਉੱਠ ਕੇ ਸਟੀਟਾਂ ਚੋਂ ਆਓ ਗੋਲੀ ਦੇ ਖੜਾਕੇ ਜਿਹੇ ਗੀਤ ਲਿਖਤੇ ਪਹੋਕ ਬੀਟਾਂ ਚੋਂ ਉਹ ਮਿਹਨਤਾਂ ਦੀ ਖਾਈ ਦੀ ਆ ਖੱਟੀ ਸੋਣੀਏ ਤਾਂਹੀਓ ਸੀ ਨਾ ਤਣਿਆ ਚੱਜ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਨੀ ਮੈਂ ਆਪ ਬਣਿਆ ਮੈਂ ਨਹੀਂ ਉਹ ਲੋਕ ਬਾਰ ਬਾਹਰ ਆਖਦੇ ਓ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਓ ਬਣਨਾ ਨੀ ਕੁਛ ਸੀ ਗਵਾਰ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ ਓ ਉਹੀ ਸਿੱਧੂ ਮੂਸੇ ਵਾਲੇ ਨੂੰ ਸਟਾਰ ਆਖਦੇ
Yeah.